ਉਹਨਾਂ ਪੁੱਛੀ, ਕਹਿਣ ਲੱਗੇ ਮਾਤਾ ਜੀ ਪੋਤਰੇ ਦਾ ਨਾਂ ਕੀ ਹੈ? ਉਹਨੇ ਨਾਂ ਤੇ ਬੋਲਿਆ ਪਰ ਨਾਂ ਦੇ ਨਾਲ ਸਿੱਧ ਲਫ਼ਜ਼ ਨਹੀਂ ਬੋਲਿਆ ਜਿਹੜਾ ਗੁਰੂ ਦਾ ਬਖਸ਼ਿਆ। ਪੁੱਛਿਆ, ਚਲੋ ਮਾਤਾ ਜੀ ਬੱਚੇ ਦੇ ਸਿਰ ਦੇ ਉੱਤੇ ਕੋਈ ਪਟਕਾ, ਕੋਈ ਪਰਨਾ, ਕੋਈ ਦੁਮਾਲਾ ਦਸਤਾ? ਕਹਿਣ ਲੱਗੇ ਨਹੀਂ ਜੀ, ਬੱਚਾ ਸਿਰੋਂ ਮੋਨਾ। ਆਖਿਆ ਮੈਂ ਪੰਜਾਬੀ ਦੇ ਵਿੱਚ ਅਨਾਊਂਸ ਕਰਾਂ, ਬੱਚਾ ਮੇਰੀ ਗੱਲ ਸਮਝ ਲਏਗਾ? ਕਹਿਣ ਲੱਗੇ ਮਾਫ ਕਰਿਓ ਬਾਬਾ ਜੀ, ਬੱਚੇ ਨੂੰ ਪੰਜਾਬੀ ਵੀ ਨਹੀਂ ਆਉਂਦੀ। ਉਹਨੇ ਬੜੇ ਭਾਵਪੂਰਤ ਲਫ਼ਜ਼ ਆ ਕੇ ਕਹਿਣ ਲੱਗੇ, ਮਾਤਾ ਸੱਚ ਦੱਸੀ, ਇਸ ਬੱਚੇ ਨੂੰ ਲੱਭ ਕੇ ਕੀ ਕਰੇਗੀ ਜਿਹੜਾ ਤੇਰੇ ਕੋਲ ਰਹਿ ਕੇ ਗੁਆਚ ਗਿਆ? ਕਹਿਣ ਲੱਗੇ ਮੈਂ ਸਮਝੀ ਨਹੀਂ, ਮੇਰੇ ਕੋਲ ਰਹਿ ਕੇ ਕਿਵੇਂ ਗੁਆਚੇਗਾ? ਆਖਿਆ ਗੁਆਚਿਆ ਹੈ, ਗੁਰੂ ਦੀ ਦਿੱਤੀ ਦਾਤ ਨਾਮ ਉਹਦੇ ਕੋਲ ਨਹੀਂ, ਗੁਰੂ ਦੀ ਦਿੱਤੀ ਹੋਈ ਦਸਤਾਰ ਉਹਦੇ ਕੋਲ ਨਹੀਂ, ਗੁਰੂ ਦਾ ਦਿੱਤਾ ਹੋਇਆ ਬੋਲ ਉਹਦੇ ਕੋਲ ਨਹੀਂ। ਮਾਤਾ ਇਹ ਤੋਂ ਵੱਧ ਗੁਆਚਿਆ ਕਿਸ ਨੂੰ ਆਖੇਗੀ? ਅੱਜ ਅਸੀਂ ਕੋਲ ਰਹਿ ਕੇ ਗੁਰੂ ਦੇ ਇਸ ਚੀਜ਼ ਤੋਂ ਦੂਰ ਤੁਰੇ ਜਾ ਰਹੇ ਹਾਂ। ਗੁਰਮੁਖੋ, ਰੱਬੀ ਪਿਆਰਿਆਂ ਦਾ ਉਪਰਾਲਾ ਹੈ, ਪ੍ਰਬੰਧਕ ਜੀਆਂ ਦਾ ਜਾਂ ਆਪ ਗੁਰਸਿੱਖ ਪਿਆਰਿਆਂ ਦਾ ਉਪਰਾਲਾ ਹੈ। ਆ ਪਿਛਲੇ ਦਿਨ ਯੂਨੀਵਰਸਿਟੀ ਦੇ ਵਿੱਚ ਵੀ ਦਸਤਾਰਾਂ ਸਜਾਈਆਂ, ਅਸੀਂ ਲੋਕਾਂ ਨੂੰ ਤੇ ਸੁਨੇਹਾ ਦੇ ਰਹੇ ਹਾਂ। ਭਲਿਓ, ਇਹ ਸਾਡਾ ਰਿਲੀਜੀਅਨ ਹੈ, ਇਹ ਸਾਡਾ ਧਾਰਮਿਕ ਪੱਖ ਹੈ। ਅਸੀਂ ਦਸਤਾਰ ਕਿਉਂ ਸਜਾਉਂਦੇ ਹਾਂ? ਸਾਨੂੰ ਸਾਡੇ ਗੁਰੂ ਨੇ ਬਖਸ਼ੀ ਹੈ, ਔਰ ਜਿਹੜੀ ਦਾਤ ਗੁਰੂ ਬਖਸ਼ਦਾ ਹੈ ਸਿੱਖ ਉਹਦੇ ਤੋਂ ਕਦੇ ਵਾਂਝਾ ਨਹੀਂ ਰਹਿੰਦਾ। ਪਰ ਉੱਥੇ ਐਸੇ ਵੀ ਮਿਲੇ ਪੰਜਾਬੀ ਬੋਲਣ ਵਾਲੇ ਜਿਨ੍ਹਾਂ ਨੂੰ ਅਸੀਂ ਆਖਦੇ ਸੀ ਭਾਈ ਸਾਹਿਬ ਤੁਸੀਂ ਤੇ ਸਿਰੋਂ ਮੰਨੇ ਹੋ, ਗੋਰੇ ਲੋਕ ਜਾਂ ਹੋਰ ਤੇ ਦਸਤਾਰਾਂ ਬਣਾ ਰਹੇ ਨੇ, ਤੁਸੀਂ ਵੀ ਬੰਨੋ। ਉਹ ਮੋਰਿਓ ਹੱਸ ਕੇ ਸਾਰ ਕੇ ਚਲੇ ਗਏ। ਨਹੀਂ, ਅਸੀਂ ਇਹਨੂੰ ਸਮਝਦੇ ਹਾਂ, ਸਾਨੂੰ ਲੋੜ ਨਹੀਂ। ਕੀ ਇਹਦੀ ਲੋੜ ਸਿਰਫ ਬਗਾਨੇ ਨੂੰ ਰਹਿ? ਹੌਲੀ ਹੌਲੀ ਜਦੋਂ ਇਸ ਤੀਰਥ ਤੋਂ ਕੋਈ ਦੂਰ ਤੁਰਿਆ ਜਾਂਦਾ ਹੈ, ਵਕਤ ਗੁਰਮੁਖੋ ਐਸਾ ਹੁੰਦਾ ਹੈ ਜਿਸ ਚੀਜ਼ ਨੂੰ ਛੱਡਣਾ ਸ਼ੁਰੂ ਕਰ ਦਈਏ, ਸਮਾਂ ਆਉਂਦਾ ਹੈ ਉਹਦੇ ਤੋਂ ਸੱਚੀ ਦੂਰ ਚਲੇ ਜਾਈਏ। ਅੱਜ ਲੋੜ ਹੈ ਉਹ ਮਹਾਨ ਮਾਂ ਮਾਤਾ ਜਿੰਦ ਕੌਰ ਵਰਗੀਆਂ ਮਾਵਾਂ ਦੀ, ਜਿਹਨੂੰ ਬਹੁਤ ਸਮੇਂ ਬਾਅਦ ਪੁੱਤਰ ਕੁੰਵਰ ਦਲੀਪ ਸਿੰਘ ਮਿਲਿਆ ਤੇ ਮਾਂ ਨੇ ਸੀਨੇ ਲਾ ਕੇ ਪਿਆਰ ਤੇ ਦਿੱਤਾ। ਜਦੋਂ ਉਹਨੇ ਸਿਰ ਦੇ ਹੱਥ ਫੇਰਿਆ, ਸਿਰ ਦੇ ਉੱਤੇ ਸਿੱਖੀ ਦੀ ਦਾਤ ਨਹੀਂ, ਮੁਖੜੇ ਤੇ ਦਾੜਾ ਨਹੀਂ, ਉਹਨੇ ਧੱਕਾ ਮਾਰ ਕੇ ਸੁੱਟ ਦਿੱਤਾ ਸੀ, ਲੋਕੋ ਤੁਸੀਂ ਮੇਰੀ ਮੰਨੀ ਦੇ ਨਾਲ ਠੱਠਾ ਕਰਦੇ ਹੋ, ਮਜ਼ਾਕ ਕਰਦੇ ਹੋ, ਮੇਰਾ ਦਲੀਪ ਨਹੀਂ। ਕੁੰਵਰ ਦਲੀਪ ਸਿੰਘ ਉੱਠ ਕੇ ਆਏ, ਨਹੀਂ ਮਾਂ ਮੈਂ ਤੇਰਾ ਹੀ ਦਲੀਪ ਹਾਂ। ਕਹਿਣ ਲੱਗੀ ਜੇ ਮੇਰਾ ਦਲੀਪ ਹੋਵੇ, ਮੈਨੂੰ ਕਿਸੇ ਚੀਜ਼ ਦਾ ਗਏ ਦਾ ਦੁੱਖ ਨਹੀਂ, ਗਮ ਨਹੀਂ, ਸਭ ਤੋਂ ਵੱਡਾ ਦੁੱਖ ਹੈ ਕਿ ਤੇਰੇ ਕੋਲੋਂ ਦਸ਼ਮੇਸ਼ ਪਿਤਾ ਦੀ ਸ਼ਾਨ ਚਲੀ ਗਈ। ਕੁੰਵਰ ਦਲੀਪ ਸਿੰਘ ਬੋਲ ਬੜੇ ਪਿਆਰੇ ਕਹੇ, ਕਹਿਣ ਲੱਗੇ ਮਾਂ ਮੈਂ ਦੋਸ਼ੀ ਹਾਂ, ਪਰ ਉਹਨਾਂ ਦੋਸ਼ੀ ਨਹੀਂ ਜਿਹਨਾਂ ਦੋਸ਼ੀ ਤੂੰ ਮੈਨੂੰ ਠਹਿਰਾ ਰਹੀ ਹੈ। ਤਿੰਨ ਹੀ ਮਾਵਾਂ ਨੇ, ਤਿੰਨੇ ਮਾਵਾਂ ਤੋਂ ਦੂਰ ਕਰ ਦਿੱਤਾ ਗਿਆ ਤਾਂ ਮੈਂ ਕੀ ਕਰਦਾ? ਪਹਿਲੀ ਮਾਂ ਹੈ ਜਨਮ ਦੇਣ ਵਾਲੀ, ਉਹਦੇ ਤੋਂ ਦੂਰ ਸਾਂ, ਮੈਨੂੰ ਸਿੱਖੀ ਦੀ ਪਰੰਪਰਾ ਦੱਸਦਾ ਤੂੰ। ਦੂਜੀ ਮਾਂ, ਜਿਸ ਧਰਤੀ ਤੇ ਮੈਂ ਜਨਮ ਲਿਆ, ਉਹ ਮਾਂ ਜਿੱਥੇ ਗੁਰੂ ਸਾਹਿਬਾਂ ਦੇ ਚਰਨਾਂ ਦੀ ਸ਼ੋਅ ਹੈ, ਮੈਂ ਉਹਦੇ ਤੋਂ ਦੂਰ ਚਲਾ ਗਿਆ। ਤੀਜੀ ਮਾਂ, ਜਿਹੜੇ ਲਫ਼ਜ਼ ਹੁੰਦੇ ਨੇ ਪੰਜਾਬੀ ਬੋਲੀ, ਉਹਦੇ ਤੋਂ ਦੂਰ ਚਲਾ ਗਿਆ, ਮੈਂ ਕੀ ਕਰਦਾ? ਪਰ ਮਾਂ ਦੇ ਹੌਕੇ ਨੇ ਇੱਥੋਂ ਤੱਕ ਉਸ ਦਲੀਪ ਸਿੰਘ ਨੂੰ ਝੰਜੋੜਿਆ, ਬੇਟਾ ਸਿੱਖ ਦੇ ਵਿੱਚ ਮਰ ਜਾਣਾ ਕਿਸ ਨੂੰ ਕਹਿੰਦੇ? ਕਦੀ ਰਸੂਲ ਹਮਜ਼ਾ ਤੋਬ ਦੀ ਕਿਤਾਬ ਪੜ੍ਹਿਓ, ਮੇਰਾ ਦਾਗਿਸਤਾਨ, ਉਹ ਕਹਿੰਦੇ ਨੇ ਇੱਕ ਮਾਤਾ ਬਜ਼ੁਰਗ, ਉਹਨੂੰ ਕੋਈ ਇਨਸਾਨ ਮਿਲਿਆ। ਕਹਿਣ ਲੱਗੇ ਮਾਤਾ ਤੇਰਾ ਪੁੱਤ ਮਿਲਿਆ ਸੀ, 40-50 ਸਾਲ ਹੋ ਗਏ ਪੁੱਤ ਵਿਛੜੇ ਨੂੰ। ਬੁੱਢੀ ਮਾਂ ਬੜੀ ਖੁਸ਼ ਹੋਈ, ਹਾਲ ਚਾਲ ਕੀ ਹੈ? ਕਹਿਣ ਲੱਗਾ ਠੀਕ ਹੈ। ਕਹਿਣ ਲੱਗੀ ਇੱਕ ਗੱਲ ਦੱਸ, ਉਹਨੇ ਆਪਣੀ ਭਾਸ਼ਾ 'ਚ ਗੱਲ ਕੀਤੀ ਤੇਰੇ ਨਾਲ ਕਿਸੇ ਹੋਰ ਭਾਸ਼ਾ 'ਚ? ਕਹਿਣ ਲੱਗੇ ਮਾਤਾ 50 ਸਾਲ ਹੋ ਗਏ ਦਾਗਿਸਤਾਨ ਤੋਂ ਵਿਛੜਿਆ, ਹੁਣ ਉਹਨੂੰ ਕਿੱਥੇ ਭਾਸ਼ਾ ਆਉਂਦੀ ਹੈ? ਕਹਿਣ ਲੱਗੀ ਫਿਰ ਮੇਰਾ ਪੁੱਤ ਨਹੀਂ, ਮੇਰਾ ਪੁੱਤ ਤੇ ਮਰ ਗਿਆ ਹੋਇਆ। ਜਿਹਨੂੰ ਕਿਸੇ ਦੀ ਭਾਸ਼ਾ ਭੁੱਲ ਜਾਏ, ਰਸੂਲ ਹਮਜ਼ਾ ਤੋਂ ਕਹਿੰਦੇ ਨੇ ਸਭ ਤੋਂ ਵੱਡੀ ਗਾਲ ਸੀ,
कि तेनू तेरी मां बोली भुल जाए। असी हथी भुला रहे, हथी इन्हां चीजां नूं तलांजली दे रहे हैं। गुरमुखो अज कोई सब तो वड्डी सेवा है ते असल है कोई गुरु का शब्द सिखा दे, गुरु की दित्ती हुई दात नूं बरकरार रखे आओ। अपनी रसना ते रब्बी बाणी पंजाबी बोली और दस्तारधारी बन के अपना जीवन गुरु दे वेखे लाइए। साहिब कृपा करन, बाकी विचारां फिर किते सांझियां करांगे। बिरत भुल्लां दी खिमा, वाहेगुरू।